ਮਾਰਕੀਟ ਦੇ ਵਿੱਚ ਨਾ ਕਾਫੀ ਅੰਬ ਆਏ ਹੋਏ ਨੇ ਅਤੇ ਪੇੜ ਵੀ ਅੰਬਾਂ ਨਾਲ ਭਰੇ ਹੋਏ ਨੇ, ਕਿਉਂਕਿ ਅੰਬਾਂ ਦਾ ਸੀਜ਼ਨ ਜੋ ਹੈਗਾ। ਅਤੇ ਆਓ ਇਹ ਅੰਬਾਂ ਦੇ ਸੀਜ਼ਨ ਵਿੱਚ ਆਪਾਂ ਵੀ ਵਧੀਆ ਜਿਹਾ ਮਸਾਲੇਦਾਰ ਅਚਾਰ ਬਣਾ ਲੈਂਦੇ ਹਾਂ, ਜਿਹੜਾ ਕਿ ਸਾਲੋ ਸਾਲ ਖਰਾਬ ਨਹੀਂ ਹੋਏਗਾ। ਅੰਬ ਦਾ ਅਚਾਰ ਬਣਾਉਣ ਵਾਸਤੇ ਮੈਂ ਇੱਥੇ ਲਿੱਤੇ ਨੇ ਇੱਥੇ 2 ਕਿਲੋ ਕੱਚੇ ਅੰਬ, ਅਤੇ ਕੱਚੇ ਅੰਬਾਂ ਨੂੰ ਨਾ ਆਪਾਂ ਇੱਕ ਭਾਂਡੇ ਦੇ ਵਿੱਚ ਪਾਣੀ ਭਰ ਕੇ ਅਤੇ ਮਲ ਮਲ ਕੇ ਨਾ ਚੰਗੀ ਤਰ੍ਹਾਂ ਧੋਣਾ ਹੈ। ਅਤੇ ਮੈਂ ਵੀ ਇਸ ਤਰ੍ਹਾਂ ਹੀ ਧੋਤਾ ਹੈ, ਅਤੇ ਧੋਣ ਤੋਂ ਬਾਅਦ ਨਾ ਇਹਨਾਂ ਨੂੰ ਚੰਗੀ ਤਰ੍ਹਾਂ ਸੁਕਾ ਵੀ ਲੈਣਾ। ਇਹ ਦੇਖੋ ਅੰਬ ਪੂਰੇ ਸੁੱਕੇ ਹੋਏ ਨੇ, ਇਹਨਾਂ ਨੂੰ ਭਾਵੇਂ ਕੱਪੜੇ ਨਾਲ ਪੂੰਝ ਕੇ ਸੁਕਾਓ ਅਤੇ ਭਾਵੇਂ ਕਿਵੇਂ ਵੀ ਸੁਕਾਓ, ਪਰ ਇਹ ਬਿਲਕੁਲ ਸੁੱਕੇ ਹੋਣੇ ਚਾਹੀਦੇ ਨੇ। ਅਤੇ ਅੰਬ ਜਿਹੜੇ ਆਪਾਂ ਲੈਣੇ ਆ ਨਾ ਚੈੱਕ ਕਰਕੇ ਲੈਣੇ ਨੇ, ਇਸ ਤਰ੍ਹਾਂ ਆਪਾਂ ਪ੍ਰੈਸ ਕਰਕੇ ਦੇਖ ਲੈਣਾ ਕਿ ਅੰਬ ਪੋਲੇ ਨਹੀਂ ਹੋਣੇ ਚਾਹੀਦੇ, ਕਿਤੋਂ ਵੀ ਦੱਬੇ ਹੋਏ ਨਹੀਂ ਹੋਣੇ ਚਾਹੀਦੇ। ਅਤੇ ਜਾਂ ਫਿਰ ਇਸ ਸਾਈਡ ਤੋਂ ਵੀ ਨਾ ਇਸ ਤਰ੍ਹਾਂ ਅੰਗੂਠੇ ਨਾਲ ਦਬਾ ਕੇ ਦੇਖ ਲਵੋ, ਅੰਬ ਬਿਲਕੁਲ ਟਾਈਟ ਹੋਣੇ ਚਾਹੀਦੇ ਨੇ। ਉਹਨਾਂ ਅੰਬਾਂ ਦਾ ਹੀ ਅਚਾਰ ਹੀ ਵਧੀਆ ਟਿਕਦਾ, ਜ਼ਿਆਦਾ ਦੇਰ ਤੱਕ ਚੱਲਦਾ ਹੈ। ਜੇ ਸੋਫਟ ਹੋਣਗੇ ਤਾਂ ਅਚਾਰ ਬਹੁਤਾ ਲੰਬਾ ਟਾਈਮ ਨਹੀਂ ਚੱਲੇਗਾ। ਅਤੇ ਮੈਂ ਨਾ ਅੱਜ ਇਹਨਾਂ ਅੰਬਾਂ ਨੂੰ ਨਾ ਘਰੇ ਹੀ ਕੱਟਣ ਲੱਗੀ ਹਾਂ ਬਿਨਾਂ ਗਿਟਕਾਂ ਤੋਂ, ਇਸ ਤਰ੍ਹਾਂ ਕਰਕੇ, ਕਿਉਂਕਿ ਮੇਰਾ ਗਿਟਕਾਂ ਵਾਲਾ ਅਚਾਰ ਪਿਛਲੇ ਸਾਲ ਦਾ ਪਿਆ ਹੋਇਆ, ਅਤੇ ਐਤਕੀ ਜਿਹੜਾ ਮੈਂ ਕੱਟਣ ਲੱਗੀ ਹਾਂ ਉਹ ਬਿਨਾਂ ਗਿਟਕਾਂ ਵਾਲਾ ਪਾਉਣ ਲੱਗੀ ਹਾਂ ਅਚਾਰ। ਅਤੇ ਜੇ ਤੁਸੀਂ ਚਾਹੋ ਗਿਟਕਾਂ ਸਮੇਤ ਕੱਟਣਾ ਹੈ ਤਾਂ ਬਾਜ਼ਾਰੋਂ ਅੰਬ ਵਾਲੇ ਭਾਈ ਤੋਂ ਟੋਕੇ ਨਾਲ ਕਟਵਾ ਸਕਦੇ ਹੋ। ਅਤੇ ਬਸ ਇਸ ਤਰ੍ਹਾਂ ਦੋਨੋਂ ਸਾਈਡ ਤੋਂ ਉਤਾਰ ਕੇ ਨਾ ਇਹਨੂੰ ਹੁਣ ਆਪਾਂ ਇੱਦਾਂ ਇਹਦੇ ਪੀਸ ਕਰ ਲੈਣੇ ਆ, ਅਤੇ ਫਿਰ ਇਸ ਤਰ੍ਹਾਂ ਇਹਨੂੰ ਕੱਟ ਲੈਣਾ। ਜਿੰਨਾ ਵੱਡਾ ਤੁਸੀਂ ਸਾਈਜ਼ ਚਾਹੁੰਦੇ ਹੋ ਉਨਾ ਵੱਡਾ ਕੱਟ ਲਵੋ, ਪਰ ਜੇ ਛੋਟੇ ਸਾਈਜ਼ ਕੱਟੋ ਨਾ ਤਾਂ ਕੀ ਹੁੰਦਾ ਕਿ ਅਚਾਰ ਨਾ ਵੇਸਟ ਨਹੀਂ ਜਾਂਦਾ, ਜਿੰਨਾ ਚਾਹੀਦਾ ਉਨਾ ਖਾ ਲਵੋ। ਆਹ ਦੇਖੋ ਜੀ, ਇਸ ਤਰ੍ਹਾਂ ਕੱਟ ਲੈਣਾ। ਅਤੇ ਹੁਣ ਇਸ ਤਰ੍ਹਾਂ ਸਾਈਡ ਤੋਂ ਵੀ ਇਹਨਾਂ ਨੂੰ ਲਾ ਲਵਾਂਗੇ ਇਸ ਤਰ੍ਹਾਂ, ਅਤੇ ਇਹਨਾਂ ਨੂੰ ਵੀ ਕੱਟ ਲਵਾਂਗੇ। ਜਿੰਨਾ ਉਤਰਦਾ ਹੈ ਨਾ ਇਹਦੇ ਉੱਤੋਂ ਅੰਬ, ਉਨਾ ਲਾ ਲਵੋ। ਅਤੇ ਵੇਖੋ ਜੀ, ਅੰਬ ਤਾਂ ਮੈਂ ਸਾਰੇ ਲਏ ਨੇ ਹੁਣ ਕੱਟ, ਅਤੇ ਅੰਬ ਦੀ ਸ਼ੇਪ ਦੇ ਹਿਸਾਬ ਨਾਲ ਵਿੱਚੋਂ ਕੱਟੋ ਤਾਂ ਇਸ ਤਰ੍ਹਾਂ ਦੇ ਵੱਡੇ ਅੰਬ ਕੱਟੇ ਜਾਂਦੇ ਨੇ, ਹੈ ਨਾ, ਕਟਿੰਗ ਇਸ ਤਰ੍ਹਾਂ ਦੀ ਆਉਂਦੀ ਹੈ। ਜੇ ਸਾਈਡਾਂ ਤੋਂ ਕੱਟੋ ਤਾਂ ਇਸ ਤਰ੍ਹਾਂ ਦੇ ਛੋਟੇ ਕੱਟੇ ਜਾਂਦੇ ਨੇ, ਕਿਉਂਕਿ ਸਾਈਡ ਤੋਂ ਅੰਬ ਜਿਹੜਾ ਫਿਰ ਥੋੜ੍ਹਾ ਛੋਟਾ ਹੋ ਜਾਂਦਾ ਹੈ ਨਾ। ਅਤੇ ਕੱਟੇ ਹੋਏ ਅੰਬਾਂ ਨੂੰ ਨਾ ਹੁਣ ਆਪਾਂ ਕਿਸੇ ਵੱਡੇ ਭਾਂਡੇ ਵਿੱਚ ਪਾ ਲਵਾਂਗੇ। ਅਤੇ ਭਾਂਡਾ ਜਿਹੜਾ ਆਪਾਂ ਇੱਥੇ ਲੈਣਾ ਨਾ ਉਹ ਲੋਹੇ ਦਾ ਔਰ ਐਲੂਮੀਨੀਅਮ ਦਾ ਨਹੀਂ ਲੈਣਾ, ਸਟੀਲ ਦਾ ਲੈ ਸਕਦੇ ਹੋ, ਚੀਨੀ ਮਿੱਟੀ ਦਾ, ਕੱਚ ਦਾ, ਅਤੇ ਜਾਂ ਫਿਰ ਪਲਾਸਟਿਕ ਦਾ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 2 ਵੱਡੇ ਚਮਚ ਲੂਣ ਦੇ। ਅਤੇ ਜਿਹੜਾ ਅੰਬ ਦਾ ਅਚਾਰ ਹੈ ਨਾ ਤੁਸੀਂ ਗਿਟਕਾਂ ਵਾਲਾ ਵੀ ਪਾ ਸਕਦੇ ਹੋ, ਅਤੇ ਇਸ ਤਰ੍ਹਾਂ ਦਾ ਜਿਵੇਂ ਮੈਂ ਕੱਟਿਆ ਬਿਨਾਂ ਗਿਟਕਾਂ ਦਾ ਵੀ ਪਾ ਸਕਦੇ ਹੋ, ਜਿਹੜਾ ਤੁਹਾਨੂੰ ਪਸੰਦ ਹੈ ਉਹ, ਜਿਹੜੀ ਮਤਲਬ ਕਿ ਕਟਿੰਗ ਤੁਹਾਨੂੰ ਪਸੰਦ ਹੈ ਉਸ ਤਰ੍ਹਾਂ ਦੀ ਤੁਸੀਂ ਕਰ ਸਕਦੇ ਹੋ। ਕਟਿੰਗ ਕਿੱਦਾਂ ਦੀ ਵੀ ਕਰ ਲਵੋ, ਅਚਾਰ ਦੇ ਸਵਾਦ 'ਚ ਕੋਈ ਫਰਕ ਨਹੀਂ ਪਏਗਾ, ਸਿਰਫ ਪਏਗਾ ਸ਼ੇਪ 'ਚ ਫਰਕ। ਅਤੇ ਹੁਣ ਮੈਂ ਇਹਦੇ ਵਿੱਚ 2 ਵੱਡੇ ਚਮਚ ਹਲਦੀ ਵੀ ਪਾ ਦਿੱਤੀ ਹੈ, ਅਤੇ ਹੁਣ ਇਹ ਲੂਣ ਔਰ ਹਲਦੀ ਨੂੰ ਨਾ ਆਪਾਂ ਅੰਬਾਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ। ਅਤੇ ਇਸ ਤਰ੍ਹਾਂ ਕੜਛੀ ਨਾਲ ਮਿਕਸ ਕਰਨ ਤੋਂ ਬਾਅਦ ਨਾ ਆਪਾਂ ਇਹਨੂੰ ਇਸ ਤਰ੍ਹਾਂ ਪਲੇਟ ਨਾਲ ਢੱਕ ਕੇ ਨਾ ਅਤੇ ਇੱਕ ਵਾਰੀ ਇਸ ਤਰ੍ਹਾਂ ਕਰਕੇ ਵੀ ਮਿਕਸ ਕਰ ਦੇਵਾਂਗੇ, ਤਾਂ ਕਿ ਥੱਲੇ ਜਿਹੜਾ ਵੀ ਕੋਈ ਲੂਣ ਹਲਦੀ ਵਗੈਰਾ ਬੈਠੇ ਨਾ ਉਹ ਵੀ ਬਰਾਬਰ ਮਿਕਸ ਹੋ ਜਾਣਗੇ। ਅਤੇ ਵੇਖੋ ਸਾਰਾ ਕੁਝ ਚੰਗੀ ਤਰ੍ਹਾਂ ਮਿਕਸ ਹੋ ਗਿਆ ਨਾ, ਹੁਣ ਆਪਾਂ ਇਹਨਾਂ ਅੰਬਾਂ ਨੂੰ ਢੱਕ ਕੇ 4 ਤੋਂ 5 ਘੰਟੇ ਤੱਕ ਆਪਾਂ ਇਸ ਤਰ੍ਹਾਂ ਹੀ ਪਿਆ ਰਹਿਣ ਦੇਣਾ। ਅਤੇ ਇੱਥੇ ਨਾ ਹੁਣ ਕੱਚੇ ਅੰਬਾਂ ਦੇ ਵਿੱਚ ਲੂਣ ਅਤੇ ਹਲਦੀ ਪਾ ਕੇ ਰੱਖੇ ਹੋਏ 4 ਘੰਟੇ ਹੋ ਚੁੱਕੇ ਨੇ, ਅਤੇ ਮੈਂ ਤੁਹਾਨੂੰ ਦਿਖਾਉਂਦੀ ਹਾਂ। ਇਹ ਦੇਖੋ ਅੰਬਾਂ ਨੇ ਨਾ ਪਾਣੀ ਛੱਡ ਦਿੱਤਾ, ਇਹਦੇ ਵਿੱਚ ਆਪਾਂ ਜਿਹੜਾ ਲੂਣ ਪਾਇਆ ਨਾ ਉਹਦੇ ਕਰਕੇ ਅੰਬਾਂ ਨੇ ਪਾਣੀ ਛੱਡਿਆ। ਅਤੇ ਹੁਣ ਇਹ ਵਾਲੇ ਅੰਬਾਂ ਨੂੰ ਨਾ ਆਪਾਂ ਇੱਕ ਛਾਨਣੀ 'ਚ ਪਾ ਦੇਵਾਂਗੇ, ਇਹਦੇ ਨਾਲ ਕੀ ਹੋਏਗਾ ਜਿਹੜਾ ਪਾਣੀ ਹੈ ਉਹ ਵੱਖਰਾ ਹੋ ਜਾਏਗਾ ਅਤੇ ਅੰਬ ਉੱਪਰ ਛਾਨਣੀ 'ਚ ਰਹਿ ਜਾਣਗੇ। ਅਤੇ ਹੁਣ ਇਹਨਾਂ ਅੰਬਾਂ ਨੂੰ ਨਾ ਆਪਾਂ ਇੱਦਾਂ ਹੀ ਛਾਨਣੀ ਵਿੱਚ 5 ਤੋਂ 7 ਮਿੰਟ ਤੱਕ ਪਿਆ ਰਹਿਣ ਦੇਵਾਂਗੇ। ਪਾਣੀ ਤਾਂ ਇਹਦੇ ਵਿੱਚੋਂ ਨਿਕਲ ਗਿਆ, ਪਰ ਥੋੜ੍ਹਾ ਬਹੁਤ ਜਿਹੜਾ ਰਹਿ ਗਿਆ ਉਹ ਵੀ ਹੌਲੀ ਹੌਲੀ ਨਿਚੜਦਾ ਰਹੇਗਾ, ਫਿਰ ਇਹਨੂੰ ਆਪਾਂ ਇੱਥੋਂ ਚੁੱਕਾਂਗੇ। ਜਦੋਂ ਪਾਣੀ ਚੰਗੀ ਤਰ੍ਹਾਂ ਨਿਚੜ ਜਾਏਗਾ ਨਾ ਉਦੋਂ ਆਪਾਂ ਛਾਨਣੀ ਨੂੰ ਹਟਾ ਦੇਵਾਂਗੇ। ਅਤੇ ਇਹ ਜਿਹੜਾ ਪਾਣੀ ਹੈ ਨਾ ਇਹਦੀ ਵਰਤੋਂ ਆਪਾਂ ਅਚਾਰ ਦੇ ਵਿੱਚ ਨਹੀਂ ਕਰਾਂਗੇ। ਅਤੇ ਹੁਣ ਆਪਾਂ ਇੱਕ ਕੋਟਨ ਦਾ ਕੱਪੜਾ ਲਵਾਂਗੇ ਅਤੇ ਉਹਦੇ ਉੱਤੇ ਨਾ ਇਹ ਜਿਹੜੇ ਅੰਬਾਂ 'ਚੋਂ ਪਾਣੀ ਨਿਚੋੜਿਆ ਨਾ ਇਹਨਾਂ ਨੂੰ ਆਪਾਂ ਸੁੱਕਣੇ ਪਾ ਦੇਣਾ। ਇੱਦਾਂ ਚੰਗੀ ਤਰ੍ਹਾਂ ਖਿਲਾਰ ਦੇਣਾ ਪੂਰੇ ਕੱਪੜੇ ਦੇ ਉੱਪਰ, ਕੱਪੜਾ ਕੋਟਨ ਦਾ ਹੀ ਲੈਣਾ। ਹੁਣ ਇਹਨੂੰ ਨਾ ਪੂਰੇ ਕੱਪੜੇ ਦੇ ਉੱਤੇ ਆਪਾਂ ਖਿਲਾਰ ਦੇਣਾ, ਵੱਖਰਾ ਵੱਖਰਾ ਖਿਲਾਰ ਕੇ ਨਾ ਇਹਨੂੰ ਸੁਕਾ ਲੈਣਾ। ਅਤੇ ਜਿਹੜਾ ਪਾਣੀ ਇਹ 'ਚੋਂ ਨਿਕਲਿਆ ਨਾ ਅੰਬਾਂ ਦੇ ਵਿੱਚੋਂ, ਕਾਫੀ ਜਣੇ ਉਹਦੇ ਵਿੱਚ ਮਸਾਲਾ ਪਾ ਕੇ ਉਹਦੀ ਵਰਤੋਂ ਅਚਾਰ ਬਣਾਉਣ ਵਿੱਚ ਕਰ ਲੈਂਦੇ ਨੇ, ਪਰ ਮੈਂ ਨਹੀਂ ਕਰਦੀ। ਅਚਾਰ ਜ਼ਿਆਦਾ ਖੱਟਾ ਨਹੀਂ ਬਣਦਾ, ਬਲਕਿ ਜ਼ਿਆਦਾ ਸਵਾਦ ਬਣਦਾ ਜੇ ਉਹ ਪਾਣੀ ਯੂਜ਼ ਨਾ ਕਰੀਏ ਤਾਂ, ਨਾਲੇ ਲੰਬੇ ਟਾਈਮ ਤੱਕ ਸਟੋਰ ਵੀ ਰਹਿੰਦਾ। ਅਤੇ ਇਹ ਜਿਹੜੀਆਂ ਅੰਬ ਦੀਆਂ ਫਾੜੀਆਂ ਨੇ ਨਾ
ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਸੁਕਾਉਣਾ ਹੈ। ਅਤੇ ਜੇ ਤਾਂ ਧੁੱਪ ਹੋਵੇ ਤਾਂ ਧੁੱਪੇ ਸੁਕਾ ਲਓ 4 ਤੋਂ 5 ਘੰਟੇ, ਨਹੀਂ ਤਾਂ ਪੱਖੇ ਦੀ ਹਵਾ 'ਚ ਵੀ ਸੁਕਾ ਸਕਦੇ ਹੋ। ਮੈਂ ਇਹਨਾਂ ਨੂੰ ਪੱਖੇ ਦੀ ਹਵਾ 'ਚ ਸੁਕਾਵਾਂਗੀ, ਟੇਬਲ 'ਤੇ ਸੁੱਕਣੇ ਪਾਇਆ, ਟੇਬਲ ਪੱਖੇ ਦੇ ਥੱਲੇ ਰੱਖ ਦੇਵਾਂਗੀ ਅਤੇ 4 ਤੋਂ 5 ਘੰਟੇ ਵਿੱਚ ਚੰਗੀ ਤਰ੍ਹਾਂ ਸੁੱਕ ਜਾਏਗਾ। ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਸਾਲੇ ਅਤੇ ਤੇਲ ਰਲਾ ਕੇ ਅਚਾਰ ਬਣਾਵਾਂਗੇ। ਅਤੇ ਜੇਕਰ ਇਹਨੂੰ ਧੁੱਪੇ ਸੁੱਕਣੇ ਪਾਵੋਗੇ ਨਾ ਤਾਂ ਇਹਨੂੰ ਕਿਸੇ ਵੀ ਕੱਪੜੇ ਨਾਲ ਜਾਂ ਪਤਲੀ ਚੁੰਨੀ ਨਾਲ ਇਹਨੂੰ ਇਸ ਤਰ੍ਹਾਂ ਕਰਕੇ ਢੱਕ ਦਿਓ ਜੇ, ਤਾਂ ਕਿ ਇਹਦੇ ਉੱਤੇ ਕੋਈ ਵੀ ਮੱਖੀ ਮੱਛਰ ਵਗੈਰਾ ਨਹੀਂ ਬੈਠੇਗਾ। ਪਰ ਮੈਂ ਪੱਖੇ ਥੱਲੇ ਪਾ ਰਹੀ ਹਾਂ ਇਸ ਕਰਕੇ ਮੈਂ ਇਹਨੂੰ ਨਹੀਂ ਢੱਕ ਰਹੀ ਹਾਂ। ਅਤੇ ਇੱਥੇ ਵੇਖੋ ਜੀ, ਇਹ ਕੱਟੀਆਂ ਹੀ ਅੰਬਾਂ ਦੀਆਂ ਫਾੜੀਆਂ ਨੂੰ ਨਾ ਮੈਂ 6 ਘੰਟੇ ਤੱਕ ਪੱਖੇ ਦੀ ਹਵਾ 'ਚ ਸੁਕਾ ਲਿਆ। ਅਤੇ ਇਹ ਦੇਖੋ ਸੁੱਕ ਗਈਆਂ ਨੇ ਕਾਫੀ ਅੱਗੇ ਨਾਲੋਂ, ਹੈ ਨਾ, ਇਹਨਾਂ ਦਾ ਮੋਇਸਚਰ ਖਤਮ ਹੋ ਗਿਆ। ਅਤੇ ਤੁਸੀਂ ਵੇਖ ਵੀ ਸਕਦੇ ਹੋ, ਇਹ ਦੇਖੋ ਹੈ ਨਾ, ਸੁੱਕਣੀਆਂ ਸ਼ੁਰੂ ਹੋ ਗਈਆਂ ਨੇ। ਅਤੇ ਇਹਨਾਂ ਕਿ ਆਪਾਂ ਇਹਨਾਂ ਨੂੰ ਸੁਕਾਉਣਾ ਹੈ, ਅਤੇ ਮਤਲਬ ਕਿ ਜਿਵੇਂ ਇਹ ਜ਼ਰੂਰੀ ਵੀ ਨਹੀਂ ਹੈ ਕਿ 5-6 ਘੰਟੇ ਹੀ ਸੁਕਾਉਣਾ ਹੈ, ਤੁਸੀਂ ਪੂਰੀ ਰਾਤ ਵੀ ਇਹਨਾਂ ਨੂੰ ਪੱਖੇ ਦੀ ਹਵਾ ਥੱਲੇ ਸੁਕਾ ਸਕਦੇ ਹੋ। ਜਿਵੇਂ ਕਿ ਜਿਨ੍ਹਾਂ ਨੂੰ ਦਿਨੇ ਟਾਈਮ ਨਹੀਂ ਹੁੰਦਾ, ਜੋਬ ਵਗੈਰਾ ਕਰਦੇ ਨੇ, ਅਤੇ ਉਹ ਕੀ ਕਰਨ ਕਿ ਰਾਤ ਨੂੰ ਪੱਖੇ ਦੀ ਹਵਾ ਥੱਲੇ ਇਹਨਾਂ ਨੂੰ ਸੁਕਾ ਲੈਣ, ਅਤੇ ਸਵੇਰੇ ਮਸਾਲਾ ਅਤੇ ਤੇਲ ਪਾ ਕੇ ਮਿਕਸ ਕਰਕੇ ਅਚਾਰ ਤਿਆਰ ਕਰ ਲੈਣ। ਅਤੇ ਹੁਣ ਆਪਾਂ ਅਚਾਰ ਵਾਸਤੇ ਵਧੀਆ ਜਿਹਾ ਮਸਾਲਾ ਤਿਆਰ ਕਰਾਂਗੇ, ਜਿਹਦੇ ਵਾਸਤੇ ਇੱਕ ਭਾਰੇ ਤਲੇ ਦਾ ਕੋਈ ਭਾਂਡਾ ਲਵਾਂਗੇ, ਅਤੇ ਉਹਦੇ ਵਿੱਚ ਪਾਵਾਂਗੇ 3 ਵੱਡੇ ਚਮਚ ਮੇਥਰੇ, ਜੋ ਕਿ ਵਜ਼ਨ ਵਿੱਚ 30 ਗ੍ਰਾਮ ਨੇ। ਅਤੇ ਨਾਲ ਹੀ ਪਾਵਾਂਗੇ ਅਚਾਰੀ ਰਾਈ, ਜਿਹੜੀ ਪੀਲੀ ਵਾਰੀ ਹੁੰਦੀ ਹੈ, ਇਹ 5 ਵੱਡੇ ਚਮਚ ਨੇ, ਜੋ ਕਿ ਵਜ਼ਨ ਵਿੱਚ 50 ਗ੍ਰਾਮ ਹੈ। ਅਤੇ ਨਾਲ ਹੀ ਥੋੜ੍ਹੀ ਜਿਹੀ ਪਾਵਾਂਗੇ ਕਾਲੀ ਵਾਲੀ ਰਾਈ ਜਿਹੜੀ ਹੁੰਦੀ ਹੈ ਸਰੋਂ, ਇਹ 2 ਵੱਡੇ ਚਮਚ ਹੈ, ਵਜ਼ਨ ਵਿੱਚ 20 ਗ੍ਰਾਮ ਹੈ। ਅਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 1 ਕੱਪ ਇਹ ਅਚਾਰੀ ਸੌਂਫ ਜਿਹੜੀ ਮੋਟੀ ਵਾਲੀ ਹੁੰਦੀ ਹੈ, ਅਤੇ ਵਜ਼ਨ ਵਿੱਚ 100 ਗ੍ਰਾਮ ਹੈ। ਅਤੇ ਨਾਲ ਹੀ ਪਾਵਾਂਗੇ 1 ਛੋਟਾ ਚਮਚ ਸਾਬਤ ਕਾਲੀਆਂ ਮਿਰਚਾਂ ਦਾ, ਅਤੇ 1 ਟੁਕੜਾ ਦਾਲਚੀਨੀ ਦਾ। ਦਾਲਚੀਨੀ ਔਰ ਕਾਲੀ ਮਿਰਚ ਜ਼ਰੂਰ ਪਾਏ ਹੋਏ, ਇਹਦਾ ਸਵਾਦ ਬਹੁਤ ਹੀ ਵਧੀਆ ਆਉਂਦਾ ਹੈ, ਅਤੇ ਸੌਂਫ ਦਾ ਤਾਂ ਆਉਂਦਾ ਹੀ ਆਉਂਦਾ ਹੈ। ਅਤੇ ਹੁਣ ਇਹ ਸਾਰਿਆਂ ਮਸਾਲਿਆਂ ਨੂੰ ਨਾ ਆਪਾਂ ਡਰਾਈ ਰੋਸਟ ਕਰਨਾ, ਯਾਨੀ ਕਿ ਸੁੱਕਾ ਹੀ ਭੁੰਨਣਾ ਹੈ। ਅਤੇ ਇਹਨਾਂ ਨੂੰ ਆਪਾਂ ਇੰਨਾ ਕੁ ਭੁੰਨਾਂਗੇ ਕਿ ਇਹਨਾਂ ਦਾ ਮੋਇਸਚਰ ਖਤਮ ਹੋ ਜਾਏ, ਅਤੇ ਮੋਇਸਚਰ ਜਦੋਂ ਖਤਮ ਹੋ ਜਾਏਗਾ ਨਾ, ਯਾਨੀ ਕਿ ਸਿੱਲਾਪਨ ਇਹਨਾਂ ਦਾ ਖਤਮ ਹੋ ਜਾਏਗਾ, ਅਤੇ ਫਿਰ ਇਹਨਾਂ ਨੂੰ ਪੀਸ ਕੇ ਅਚਾਰ ਵਿੱਚ ਪਾਉਣਾ ਹੈ, ਅਤੇ ਅਚਾਰ ਜਿਹੜਾ ਲੰਬੇ ਟਾਈਮ ਤੱਕ ਆਪਣਾ ਚੱਲੇਗਾ, ਛੇਤੀ ਖਰਾਬ ਨਹੀਂ ਹੋਏਗਾ। ਅਤੇ ਇਹ ਜ਼ਰੂਰ ਰੋਸਟ ਕਰਕੇ ਹੀ ਪਾਉਣੇ ਨੇ, ਅਤੇ ਬਸ ਇਹਨਾਂ ਨੂੰ ਗੈਸ ਦੀ ਮੀਡੀਅਮ ਫਲੇਮ 'ਤੇ ਆਪਾਂ ਲਗਾਤਾਰ ਚਲਾਉਂਦੇ ਹੋਏ ਰੋਸਟ ਕਰ ਲਵਾਂਗੇ। ਅਤੇ ਇੱਥੇ ਮੈਂ ਇਹਨਾਂ ਮਸਾਲਿਆਂ ਨੂੰ ਨਾ 2 ਤੋਂ 3 ਮਿੰਟ ਤੱਕ ਭੁੰਨ ਲਿਆ, ਅਤੇ ਮਸਾਲੇ ਜਿਹੜੇ ਨੇ ਨਾ ਵਧੀਆ ਭੁੱਜ ਗਏ ਨੇ, ਇੱਕਦਮ ਕੁਰਕੁਰੇ ਜਿਹੇ ਹੋ ਗਏ ਨੇ, ਇਹ ਵੇਖੋ। ਅਤੇ ਬਸ ਇੰਨਾ ਹੀ ਇਹਨਾਂ ਨੂੰ ਭੁੰਨਣਾ ਹੈ, ਯਾਨੀ ਕਿ ਇਹਨਾਂ ਦਾ ਮੋਇਸਚਰ ਵੀ ਚੰਗੀ ਤਰ੍ਹਾਂ ਖਤਮ ਹੋ ਗਿਆ, ਅਤੇ ਇਹਨਾਂ 'ਚੋਂ ਖੁਸ਼ਬੂ ਵੀ ਬੜੀ ਵਧੀਆ ਆਉਣ ਲੱਗ ਪਈ ਹੈ। ਅਤੇ ਹੁਣ ਇੱਥੇ ਗੈਸ ਦੀ ਫਲੇਮ ਨੂੰ ਕਰ ਦੇਵਾਂਗੇ ਬੰਦ, ਅਤੇ ਇਹਨੂੰ ਆਪਾਂ ਪਹਿਲਾਂ ਹਲਕਾ ਜਿਹਾ ਠੰਡਾ ਹੋਣ ਦੇਵਾਂਗੇ, ਅਤੇ ਫਿਰ ਇਹਨਾਂ ਨੂੰ ਦਰਦਰਾ ਗ੍ਰਾਈਂਡ ਕਰਾਂਗੇ। ਅਤੇ ਹੁਣ ਮਸਾਲੇ ਕੱਢਣ ਤੋਂ ਬਾਅਦ ਨਾ ਐਸੇ ਫਰਾਈ ਪੈਨ ਦੇ ਵਿੱਚ ਮੈਂ ਪਾਉਣ ਲੱਗੀ ਹਾਂ 4 ਵੱਡੇ ਚਮਚ ਲੂਣ ਦੇ, ਕਿਉਂਕਿ ਲੂਣ ਵਿੱਚ ਵੀ ਮੋਇਸਚਰ ਹੁੰਦਾ ਹੀ ਹੁੰਦਾ ਹੈ, ਅਤੇ ਉਹ ਕੀ ਹੈ ਕਿ ਬਰਸਾਤਾਂ ਵਿੱਚ ਤਾਂ ਖਾਸ ਕਰੀ ਹੋ ਜਾਂਦਾ ਹੈ, ਅਤੇ ਇਹਨੂੰ ਆਪਾਂ ਚਲਾਉਣਾ ਨਹੀਂ ਹੈ, ਗਰਮ ਫਰਾਈ ਪੈਨ ਦੇ ਵਿੱਚ ਇਹਦਾ ਜਿਹੜਾ ਮੋਇਸਚਰ ਹੋਇਆ ਉਹ ਖਤਮ ਹੋ ਜਾਏਗਾ, ਅਤੇ ਲੂਣ ਜਿਹੜਾ ਹੈ ਉਹ ਇਕਦਮ ਵਧੀਆ ਹੋ ਜਾਏਗਾ ਪੁਰਪੁਰਾ ਜਿਹਾ। ਅਤੇ ਨਾਲ ਹੀ ਇਹਦੇ ਵਿੱਚ ਪਾਉਣ ਲੱਗੀਆਂ 2 ਵੱਡੇ ਚਮਚ ਕਲੌਂਜੀ ਦੇ, ਅਤੇ ਕਲੌਂਜੀ 'ਚੋਂ ਵੀ ਮੋਇਸਚਰ ਖਤਮ ਹੋ ਜਾਏਗਾ, ਕਿਉਂਕਿ ਮੈਂ ਇਹਨੂੰ ਨਾਲ ਪੀਸਣਾ ਨਹੀਂ ਸੀ ਨਾ ਮਸਾਲਿਆਂ ਦੇ, ਇਸ ਕਰਕੇ ਮੈਂ ਮਸਾਲਿਆਂ ਦੇ ਨਾਲ ਇਹਨੂੰ ਰੋਸਟ ਨਹੀਂ ਕੀਤਾ। ਅਤੇ ਇਹ ਗਰਮ ਫਰਾਈ ਪੈਨ 'ਚ, ਯਾਨੀ ਕਿ ਫਰਾਈ ਪੈਨ ਦੀ ਹੀਟ ਨਾਲ ਹੀ ਇਹ ਨਮਕ ਅਤੇ ਜਿਹੜੀ ਕਲੌਂਜੀ ਹੈ ਵਧੀਆ ਹੋ ਜਾਣਗੇ, ਬਹੁਤ ਹੀ ਇਹਨਾਂ ਦਾ ਮੋਇਸਚਰ ਖਤਮ ਹੋ ਜਾਏਗਾ, ਇੱਕਦਮ ਸੁੱਕੇ ਹੋ ਜਾਣਗੇ। ਅਤੇ ਇਹ ਮਸਾਲਿਆਂ ਨੂੰ ਭੁੰਨਣ ਤੋਂ ਬਾਅਦ ਹਲਕਾ ਜਿਹਾ ਠੰਡਾ ਕਰਨ ਤੋਂ ਬਾਅਦ ਨਾ ਮੈਂ ਇਸ ਤਰ੍ਹਾਂ ਦਾ ਦਰੜ ਫਰੜ ਜਿਹਾ ਇਹਨਾਂ ਨੂੰ ਪੀਸ ਲਿਆ, ਅਤੇ ਮਿਕਸੀ ਨੂੰ ਨਾ ਔਨ ਆਫ ਕਰਦੇ ਹੋਏ 3 ਜਾਂ 4 ਵਾਰ ਚਲਾਉਣਾ ਹੈ, ਬਸ ਇੰਨੀ ਦੇਰ 'ਚ ਹੀ ਇਹੋ ਜਿਹੇ ਮਸਾਲੇ ਪੀਸੇ ਜਾਣਗੇ। ਅਤੇ ਇਹ ਵੇਖੋ ਜੀ, ਇਸ ਤਰ੍ਹਾਂ ਦੇ ਕਰਨੇ ਨੇ ਮਸਾਲੇ ਦਰੜ ਫਰੜ ਜੇ, ਕੁਛ ਪੀਸੇ ਗਏ ਨੇ ਅਤੇ ਕੁਛ ਦਿਖਦੇ ਵੀ ਪਏ ਨੇ। ਅਤੇ ਇਸ ਤਰ੍ਹਾਂ ਦਰੜ ਫਰੜ ਕਰਕੇ ਜੇ ਮਸਾਲਾ ਪਾਓ ਨਾ ਉਹਦੇ ਵਿੱਚ ਅਚਾਰ ਵਿੱਚ, ਤਾਂ ਬਹੁਤ ਹੀ ਸਵਾਦ ਲੱਗਦਾ ਹੈ। ਕੁਛ ਮਸਾਲੇ ਅੰਬ ਦੀ ਫਾੜੀਆਂ ਦੇ ਨਾਲ ਲੱਗੇ ਰਹਿ ਜਾਂਦੇ ਨੇ, ਕੁਛ ਮਸਾਲਾ ਬਣ ਜਾਂਦਾ ਹੈ, ਅਤੇ ਬਹੁਤ ਹੀ ਸਵਾਦ ਲੱਗਦਾ ਹੈ ਅਚਾਰ। ਅਤੇ ਹੁਣ ਆਪਾਂ ਇੱਥੇ ਲਵਾਂਗੇ ਇੱਕ ਫਰਾਈ ਪੈਨ, ਅਤੇ ਇਹਦੇ ਵਿੱਚ ਪਾਵਾਂਗੇ 1 ਕੱਪ ਸਰੋਂ ਦਾ ਤੇਲ, ਜੋ ਕਿ ਵਜ਼ਨ ਵਿੱਚ 200 ml ਹੈ। ਅਤੇ ਤੇਲ ਨੂੰ ਨਾ ਆਪਾਂ ਬਹੁਤ ਜ਼ਿਆਦਾ ਗਰਮ ਨਹੀਂ ਕਰਨਾ, ਸਾੜਨਾ ਨਹੀਂ ਹੈ, ਯਾਨੀ ਕਿ ਬਸ ਹਲਕਾ ਜਿਹਾ ਗਰਮ ਹੀ ਕਰਨਾ ਹੈ। ਅਤੇ ਜਦੋਂ ਤੇਲ ਥੋੜ੍ਹਾ ਜਿਹਾ ਗਰਮ ਹੋ ਜਾਏਗਾ ਨਾ, ਉਦੋਂ ਗੈਸ ਦੀ ਫਲੇਮ ਨੂੰ ਕਰ ਦੇਵਾਂਗੇ ਬੰਦ, ਅਤੇ ਹਲਕੇ ਗਰਮ ਤੇਲ ਦੇ ਵਿੱਚ ਆਪਾਂ ਪਾਵਾਂਗੇ 1 ਛੋਟਾ ਚਮਚ ਭਰ ਕੇ ਹਿੰਗ। ਅਤੇ ਇਹਦਾ ਸਵਾਦ ਜਿਹੜਾ ਹੈ ਨਾ ਬਹੁਤ ਹੀ ਵਧੀਆ ਆਉਂਦਾ ਹੈ,
ਅੰਬ ਦੇ ਅਚਾਰ 'ਚ ਤਾਂ ਹਿੰਗ ਜ਼ਰੂਰ ਪਾਇਓ ਔਰ ਥੋੜ੍ਹੀ ਜਿਹੀ ਜ਼ਿਆਦਾ ਹੀ ਪਾਇਓ। ਅਤੇ ਹੁਣ ਆਪਾਂ ਲਵਾਂਗੇ ਕੋਈ ਵੀ ਵੱਡਾ ਭਾਂਡਾ ਜਾਂ ਵੱਡਾ ਜਿਹਾ ਮਿਕਸਿੰਗ ਬਾਊਲ ਜਿਹਦੇ ਵਿੱਚ ਅਚਾਰ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਅਤੇ ਇਹਦੇ ਵਿੱਚ ਪਾਵਾਂਗੇ ਹੁਣ ਇਹ ਸੁੱਕੀਆਂ ਹੋਈਆਂ ਅੰਬ ਦੇ ਅਚਾਰ ਦੀਆਂ ਫਾੜੀਆਂ। ਅਤੇ ਭਾਂਡਾ ਜਿਹੜਾ ਆਪਾਂ ਇੱਥੇ ਲੈਣਾ ਹੈ ਨਾ ਉਹ ਸਟੀਲ ਦਾ, ਪਲਾਸਟਿਕ ਦਾ ਜਾਂ ਫਿਰ ਕੱਚ ਦਾ ਲੈਣਾ। ਅਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਇਹ ਅਚਾਰੀ ਮਸਾਲਾ ਜਿਹੜਾ ਆਪਾਂ ਦਰੜ ਫਰੜ ਕਰਕੇ ਰੱਖਿਆ ਹੈ ਨਾ ਸਾਰੇ ਮਸਾਲਿਆਂ ਨੂੰ। ਅਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਲੂਣ ਅਤੇ ਕਲੌਂਜੀ ਜਿਹੜੀ ਆਪਾਂ ਕੀਤੀ ਸੀ ਨਾ ਫਰਾਈ ਪੈਨ ਵਿੱਚ ਹੀਟ ਦੇ ਉੱਤੇ ਰੋਸਟ ਉਹ। ਅਤੇ ਅਚਾਰ ਦੇ ਵਿੱਚ 2 ਚਮਚ ਲੂਣ ਤਾਂ ਮੈਂ ਪਹਿਲਾਂ ਪਾਇਆ ਜਦੋਂ ਆਪਾਂ ਅਚਾਰ ਭਿਉਂਇਆ ਸੀ, ਅਤੇ 4 ਚਮਚ ਹੁਣ ਪਾਇਆ। ਅਤੇ ਅਚਾਰ ਦੇ ਵਿੱਚ ਲੂਣ ਥੋੜ੍ਹਾ ਜ਼ਿਆਦਾ ਹੀ ਹੋਵੇ ਨਾ ਤਾਂ ਹੀ ਅਚਾਰ ਲੰਬੇ ਟਾਈਮ ਤੱਕ ਟਿਕਦਾ ਹੈ ਕਿਉਂਕਿ ਇਹ ਪ੍ਰਿਜ਼ਰਵੇਟਿਵ ਦਾ ਕੰਮ ਕਰਦਾ ਹੈ। ਅਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ 1 ਛੋਟਾ ਚਮਚ ਹਲਦੀ ਦਾ ਕਿਉਂਕਿ ਹਲਦੀ ਜਿਹੜੀ ਆਪਾਂ ਪਹਿਲਾਂ ਵੀ ਪਾਈ ਹੋਈ ਹੈ ਅਤੇ ਇਸ ਕਰਕੇ ਇੰਨੀ ਕੁ ਹੀ ਅਜੇ ਪਾਣੀ ਹੈ। ਨਾਲ ਹੀ ਪਾਵਾਂਗੇ 1 ਵੱਡਾ ਚਮਚ ਇਹ ਤਿੱਖੀਆਂ ਵਾਲੀਆਂ ਲਾਲ ਮਿਰਚਾਂ ਪੀਸੀਆਂ ਹੋਈਆਂ। ਅਤੇ ਅਚਾਰ ਨੂੰ ਵਧੀਆ ਜਿਹਾ ਕਲਰ ਦੇਣ ਵਾਸਤੇ, ਵਧੀਆ ਜਿਹੀ ਰੰਗਤ ਆਵੇ ਅਚਾਰ ਦੀ, ਇਸ ਕਰਕੇ ਇਹਦੇ ਵਿੱਚ 2 ਵੱਡੇ ਚਮਚ ਆਪਾਂ ਕਸ਼ਮੀਰੀ ਲਾਲ ਮਿਰਚਾਂ ਦੇ ਜਾਂ ਦੇਗੀ ਮਿਰਚ ਦੇ ਵੀ ਪਾਵਾਂਗੇ। ਅਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਹਿੰਗ ਵਾਲਾ ਤੇਲ ਜਿਹੜਾ ਆਪਾਂ ਹਲਕਾ ਜਿਹਾ ਗਰਮ ਕੀਤਾ ਸੀ। ਅਤੇ ਇਹਦੇ ਵਿੱਚ ਨਾ ਕੱਚਾ ਤੇਲ ਵੀ ਪੈ ਜਾਂਦਾ ਹੈ ਅਤੇ ਪਹਿਲੇ ਟਾਈਮ 'ਤੇ ਜਦੋਂ ਸਾਡੇ ਦਾਦੀ ਅਤੇ ਮੰਮੀ ਅਚਾਰ ਪਾਉਂਦੇ ਸੀ ਉਹ ਤਾਂ ਤੇਲ ਨੂੰ ਗਰਮ ਕੀਤੇ ਬਿਨਾਂ ਹੀ ਪਾ ਦਿੰਦੇ ਸੀ, ਅਤੇ ਦੋਨੋਂ ਤਰ੍ਹਾਂ ਹੀ ਪਾ ਸਕਦੇ ਹਾਂ ਪਰ ਅੱਜ ਕੱਲ੍ਹ ਥੋੜ੍ਹਾ ਜਿਹਾ ਗਰਮ ਕਰਕੇ ਹੀ ਪਾ ਲਈਦਾ। ਤੇਲ 'ਤੇ ਗਰਮ ਕੀਤੇ ਬਿਨਾਂ ਪਾਉਂਦੇ ਹੀ ਸੀ ਅਤੇ ਮਸਾਲੇ ਵੀ ਸਾਬਤ ਹੀ ਪਾਉਂਦੇ ਸੀ ਜਿਹੜੇ ਆ ਮੇਥੇ ਸੌਂਫ ਵਗੈਰਾ ਆਪਾਂ ਪਾਏ ਨਾ ਦਰੜ ਫਰੜ ਕਰਕੇ ਇਹ ਹੌਲੀ ਹੌਲੀ ਤੇਲ ਦੇ ਵਿੱਚ ਫੁੱਲ ਜਾਂਦੇ ਸੀ। ਅਤੇ ਅਚਾਰ ਦੇ ਵਿੱਚ ਨਾ 3 ਤਰ੍ਹਾਂ ਮਸਾਲੇ ਪੈ ਸਕਦੇ ਨੇ, ਸਾਬਤ ਵੀ ਅਤੇ ਪੀਸ ਕੇ ਵੀ ਅਤੇ ਜਿਸ ਤਰ੍ਹਾਂ ਮੈਂ ਪਾਏ ਨੇ ਦਰੜ ਫਰੜ ਇਸ ਤਰ੍ਹਾਂ ਵੀ, ਅਤੇ ਜਿਵੇਂ ਤੁਹਾਡਾ ਜੀ ਕਰਦਾ ਪਾ ਲਓ। ਅਤੇ ਇਸ ਤਰ੍ਹਾਂ ਬਹੁਤ ਹੀ ਵਧੀਆ ਰਹਿੰਦੇ ਨੇ ਅਤੇ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰਨਾ, ਭਾਵੇਂ ਹੱਥ ਨਾਲ ਕਰ ਲਓ ਭਾਵੇਂ ਇਸ ਤਰ੍ਹਾਂ ਸਪਰੈਚੂਲਾ ਨਾਲ, ਕੜਛੀ ਨਾਲ, ਜਿਹਦੇ ਨਾਲ ਤੁਹਾਨੂੰ ਸੌਖਾ ਲੱਗੇ। ਅਤੇ ਮਸਾਲਿਆਂ ਨੂੰ ਨਾ ਆਪਾਂ 2-3 ਮਿੰਟ ਤੱਕ ਚੰਗੀ ਤਰ੍ਹਾਂ ਮਿਕਸ ਕਰਦੇ ਰਹਿਣਾ। ਅਤੇ ਜਿਹੜਾ ਅਚਾਰ ਹੈ ਨਾ ਇਹ ਗਰਮੀ ਦਾ ਜਿਹੜਾ ਲੂ ਚੱਲਣ ਵਾਲਾ ਮੌਸਮ ਹੁੰਦਾ ਹੈ ਨਾ ਉਹ ਚਲਾ ਜਾਏ ਅਤੇ ਬਰਸਾਤੀ ਮੌਸਮ ਆਉਣ ਤੋਂ ਪਹਿਲਾਂ ਜਿਹੜਾ ਵਿਚਲਾ ਮੌਸਮ ਹੁੰਦਾ ਉਹਦੇ ਵਿੱਚ ਪਾਉਣਾ ਚਾਹੀਦਾ, ਫਿਰ ਅਚਾਰ ਜਿਹੜਾ ਲੰਬੇ ਟਾਈਮ ਤੱਕ ਟਿਕਿਆ ਰਹਿੰਦਾ। ਉਸ ਟਾਈਮ 'ਤੇ ਜਿਹੜੀਆਂ ਅੰਬੀਆਂ ਆਉਂਦੀਆਂ ਨੇ ਨਾ ਉਹਦੇ ਨਾਲ ਅਚਾਰ ਪਾਉਣਾ ਚਾਹੀਦਾ। ਅਤੇ ਦੇਖੋ ਜੀ ਚੰਗੀ ਤਰ੍ਹਾਂ ਹੋ ਗਿਆ ਮਿਕਸ ਅਤੇ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਮਸਾਲਿਆਂ ਦੀ, ਹਿੰਗ ਦੀ। ਅਤੇ ਸਾਰੇ ਮਸਾਲੇ ਮਿਕਸ ਕਰਨ ਤੋਂ ਬਾਅਦ ਹੁਣ ਇਹ ਸਾਡਾ ਅਚਾਰ ਤਿਆਰ ਹੈ। ਪਰ ਇਹਨੂੰ ਨਾ ਹਜੇ ਮਰਦਬਾਨ ਵਿੱਚ ਮੈਂ ਨਹੀਂ ਭਰਾਂਗੀ, ਇਹਨੂੰ ਇਸ ਤਰ੍ਹਾਂ ਹੀ ਭਾਂਡੇ ਵਿੱਚ ਹੀ ਪਿਆ ਰਹਿਣ ਦੇਵਾਂਗੇ ਅਤੇ ਉੱਪਰੋਂ ਪਤਲੇ ਕੱਪੜੇ ਕਿਸੇ ਕੋਟਨ ਦੇ ਕੱਪੜੇ ਨਾਲ ਨਾ ਢੱਕ ਦੇਵਾਂਗੇ। ਅਤੇ ਢੱਕ ਕੇ ਨਾ ਇਸ ਤਰ੍ਹਾਂ ਸਾਈਡ ਤੋਂ ਘੁੱਟ ਕੇ ਬੰਨ੍ਹ ਦੇਣਾ ਕਿ ਕਿਤੋਂ ਵੀ ਖੁੱਲ੍ਹਾ ਨਾ ਰਹੇ। ਅਤੇ ਇਹਨੂੰ ਨਾ ਰੋਜ਼ ਜਿਹੜਾ 3 ਦਿਨ ਰੱਖਣਾ ਹੈ ਨਾ ਅਤੇ ਰੋਜ਼ ਇਹਨੂੰ 1 ਵਾਰੀ ਕੱਪੜਾ ਖੋਲ੍ਹ ਕੇ ਚਲਾਉਣਾ ਵੀ ਹੈ, ਯਾਨੀ ਕਿ ਮਿਕਸ ਵੀ ਕਰਨਾ, ਠੀਕ ਹੈ। ਉਸ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਇਹਦੇ 'ਚ ਕੀ ਕਰਨਾ। ਅਤੇ ਜਿਹੜਾ ਤੇਲ ਹੈ ਉਹ ਵੀ ਬਾਅਦ ਵਿੱਚ ਹੀ ਹੋਰ ਪਾਉਣਾ, ਹਜੇ ਮੈਂ 1 ਕੱਪ ਯਾਨੀ ਕਿ 200 ml ਹੀ ਪਾਇਆ। ਅਤੇ 3 ਦਿਨ ਬਾਅਦ ਜਦੋਂ ਆਪਾਂ ਇਹਨੂੰ ਮਰਦਬਾਨ ਵਿੱਚ ਭਰਾਂਗੇ ਉਦੋਂ ਆਪਾਂ ਇਹਦੇ ਵਿੱਚ ਹੋਰ ਤੇਲ ਪਾਵਾਂਗੇ। ਅਤੇ ਇੱਥੇ 3 ਦਿਨ ਤੱਕ ਕੱਪੜਾ ਬੰਨ ਕੇ ਰੱਖਣ ਤੋਂ ਬਾਅਦ ਹੁਣ ਆਪਾਂ ਅਚਾਰ ਵਿੱਚ ਪਾਵਾਂਗੇ ਬਾਕੀ ਦਾ ਹੋਰ ਤੇਲ। ਅਤੇ ਹੁਣ ਇਹਦੇ ਵਿੱਚ 1.5 ਕੱਪ ਥੋੜ੍ਹਾ ਜਿਹਾ ਗਰਮ ਕੀਤਾ ਹੋਇਆ ਤੇਲ ਪਾ ਦੇਵਾਂਗੇ। ਅਤੇ 1 ਕੱਪ ਪਹਿਲਾਂ ਪਾਇਆ ਅਤੇ 1.5 ਹੁਣ, ਅਤੇ ਇਹ ਹੋ ਗਿਆ 0.5 ਲੀਟਰ ਯਾਨੀ ਕਿ 500 ml। ਸਰ੍ਹੋਂ ਦਾ ਤੇਲ ਅਤੇ ਲੂਣ ਅਚਾਰ ਨੂੰ ਛੇਤੀ ਖਰਾਬ ਨਹੀਂ ਹੋਣ ਦਿੰਦੇ, ਪ੍ਰਿਜ਼ਰਵੇਟਿਵ ਦਾ ਕੰਮ ਕਰਦੇ ਨੇ, ਇਸ ਕਰਕੇ ਜਿੰਨੀ ਲੋੜ ਹੈ ਨਾ ਲੂਣ ਉਸ ਤੋਂ ਥੋੜ੍ਹਾ ਜਿਹਾ ਵੱਧ ਹੀ ਪਾਓ। ਅਤੇ ਇਸ ਤਰੀਕੇ ਨਾਲ ਤੁਸੀਂ ਅਚਾਰ ਪਾਓ, ਬਹੁਤ ਹੀ ਸਵਾਦ ਬਣੇਗਾ ਅਤੇ ਨਾਲੇ ਲੰਬੇ ਟਾਈਮ ਤੱਕ ਸਟੋਰ ਵੀ ਰਹੇਗਾ, ਛੇਤੀ ਖਰਾਬ ਨਹੀਂ ਹੋਏਗਾ। ਸਾਡੇ ਸਿਆਣੇ ਵੱਡੇ ਕਹਿੰਦੇ ਹੁੰਦੇ ਸੀ ਕਿ ਜਿਹੜਾ ਅਚਾਰ ਹੈ ਨਾ ਇਹ ਵੇਲੇ ਕਵੇਲੇ ਦੀ ਸਬਜ਼ੀ ਹੈ। ਕਈ ਵਾਰੀ ਕਈ ਸਥਿਤੀ ਇਹੋ ਜਿਹੀ ਹੁੰਦੀ ਹੈ ਜਦੋਂ ਘਰ ਵਿੱਚ ਦਾਲ ਸਬਜ਼ੀ ਨਹੀਂ ਹੁੰਦੀ ਅਤੇ ਅਚਾਰ ਨਾਲ ਰੋਟੀ ਅਤੇ ਪਰੌਂਠਾ ਖਾਓ, ਬਹੁਤ ਹੀ ਸਵਾਦ ਲੱਗਦਾ ਹੈ। ਅਤੇ ਨਾਲੇ ਇਸ ਤਰ੍ਹਾਂ ਅਚਾਰ ਪਾਓ, ਤੁਹਾਨੂੰ ਬਹੁਤ ਹੀ ਪਸੰਦ ਆਏਗਾ। ਅਤੇ ਹੁਣ ਇਹ ਤਿਆਰ ਵਧੀਆ ਜੇ ਮਸਾਲੇਦਾਰ ਅੰਬ ਦੇ ਅਚਾਰ ਨੂੰ ਆਪਾਂ ਇੱਕ ਸਾਫ਼ ਅਤੇ ਬਿਲਕੁਲ ਸੁੱਕੇ ਕੱਚ ਦੇ ਮਰਦਬਾਨ ਵਿੱਚ ਭਰ ਕੇ ਰੱਖ ਲਵਾਂਗੇ। ਅਤੇ ਜੇਕਰ ਆਪਾਂ 3-4 ਗੱਲਾਂ ਦਾ ਧਿਆਨ ਰੱਖੀਏ ਨਾ ਤਾਂ ਅਚਾਰ ਕਦੇ ਵੀ ਖਰਾਬ ਨਹੀਂ ਹੋਏਗਾ। ਜਿਵੇਂ ਕਿ ਅੰਬਾਂ ਨੂੰ ਸੁਕਾ ਲੈਣਾ ਅਤੇ ਮਸਾਲੇ ਰੋਸਟ ਕਰਕੇ ਪਾਉਣੇ ਨੇ,
ਅਤੇ ਲੂਣ ਨੂੰ ਵੀ ਹਲਕਾ ਜਿਹਾ ਰੋਸਟ ਕਰ ਲੈਣਾ ਅਤੇ ਨਾਲੇ ਜਿਹੜੇ ਜਾਰ ਵਿੱਚ ਇਹਨੂੰ ਪਾਉਣਾ ਨਾ ਉਹ ਜਾਰ ਇੱਕਦਮ ਸਾਫ਼ ਅਤੇ ਸੁੱਕਾ ਹੋਣਾ ਚਾਹੀਦਾ ਅਤੇ ਜਿਹੜੇ ਚਿਮਚੇ ਨਾਲ ਜਾਂ ਹੱਥ ਨਾਲ ਅਚਾਰ ਕੱਢਣਾ ਹੈ ਨਾ ਖਾਣ ਵਾਸਤੇ ਉਹ ਚਿਮਚਾ ਔਰ ਹੱਥ ਬਿਲਕੁਲ ਵੀ ਗਿੱਲੇ ਨਹੀਂ ਹੋਣੇ ਚਾਹੀਦੇ, ਇੱਕਦਮ ਸੁੱਕੇ ਹੋਰ ਸਾਫ਼ ਹੋਣੇ ਚਾਹੀਦੇ ਨੇ ਔਰ ਆਟੇ ਵਾਲੇ ਹੱਥ ਤਾਂ ਇਸ ਅਚਾਰ ਨੂੰ ਲੱਗਣੇ ਹੀ ਨਹੀਂ ਚਾਹੀਦੇ। ਅਤੇ ਇਹ ਲਓ ਜੀ, ਇਸ ਸਾਲ ਦਾ ਅੰਬ ਦਾ ਅਚਾਰ ਤਾਂ ਹੋ ਗਿਆ ਤਿਆਰ, ਇਹਨੂੰ ਪਾਓ ਅਤੇ ਪੂਰਾ ਸਾਲ ਖਾਓ ਅਤੇ ਅਗਲੇ ਸਾਲ ਫਿਰ ਵਧੀਆ ਜਿਹਾ ਅਚਾਰ ਪਾਵਾਂਗੇ। ਅਤੇ ਇਸ ਅਚਾਰ ਨੂੰ ਨਾ ਤੁਸੀਂ ਹੁਣ ਵੀ ਖਾ ਸਕਦੇ ਹੋ, ਪਰ ਜੇਕਰ ਹਫ਼ਤਾ ਕੁ ਰੁੱਕ ਕੇ ਖਾਓਗੇ ਨਾ ਤਾਂ ਬਹੁਤ ਹੀ ਜ਼ਿਆਦਾ ਸਵਾਦ ਲੱਗੇਗਾ, ਕਿਉਂਕਿ ਇਹਦੇ ਵਿੱਚ ਜਿਹੜੇ ਆਪਾਂ ਮੇਥੇ ਅਤੇ ਸੌਂਫ ਪਾਏ ਨੇ ਉਹ ਵੀ ਫੁੱਲ ਕੇ ਨਰਮ ਹੋ ਜਾਣਗੇ ਅਤੇ ਨਾਲੇ ਲੂਣ ਮਿਰਚ ਮਸਾਲੇ ਵੀ ਚੰਗੀ ਤਰ੍ਹਾਂ ਰਸ ਮਿਸ ਜਾਣਗੇ।